ਬਠਿੰਡਾ ਜ਼ਿਲ੍ਹੇ ਨਾਲ ਸੰਬੰਧਿਤ ਭਾਜਪਾ ਆਗੂ ਅੱਜ ਆਈਜੀ ਬਠਿੰਡਾ ਨੂੰ ਮੰਗ ਪੱਤਰ ਦੇਣ ਲਈ ਪੁੱਜੇ। ਮੰਗ ਪੱਤਰ ਦਿੰਦਿਆਂ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਡਾਕਟਰ ਦਿਨੇਸ਼ ਬਾਂਸਲ ਤੋਂ ਫਰੌਤੀ ਮੰਗੀ ਗਈ ਸੀ। ਜਦੋਂ ਫਰੌਤੀ ਨਹੀਂ ਮਿਲੀ ਤਾਂ ਉਸ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਇਹ ਕੋਈ ਪਹਿਲੀ ਵਾਰਦਾਤ ਨਹੀਂ, ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ। ਇੱਕ ਪਹਿਲਾਂ ਵੀ ਵਾਰਦਾਤ ਹੋਈ ਸੀ ਜਿਸ ਵਿੱਚ ਸਿਆਸੀ ਲੋਕਾਂ ਦਾ ਹੱਥ ਸੀ। ਪੁਲਿਸ ਵੱਲੋਂ ਮਾਮਲਾ ਤਾਂ ਦਰਜ ਕਰ ਲਿਆ ਪਰ 3 ਮਹੀਨੇ ਬੀਤਣ 'ਤੇ ਵੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸ ਨੂੰ ਦੇਖ ਕੇ ਹੋਰ ਵੀ ਲੋਕਾਂ ਦੇ ਹੌਸਲੇ ਵੱਧ ਗਏ ਹਨ, ਫਿਰ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਕੱਲ੍ਹ ਪੁਲਿਸ ਨੇ ਕੁਝ ਵਿਅਕਤੀ ਫੜੇ ਸਨ। ਇਹ ਤਾਂ ਛੋਟੀਆਂ ਮੱਛੀਆਂ ਹਨ, ਵੱਡੀਆਂ ਤਾਂ ਪਕੜ ਤੋਂ ਬਾਹਰ ਹਨ। ਉਹਨਾਂ 'ਤੇ ਤਾਂ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਸਰ, ਅਸੀਂ ਮੈਮੋਰੈਂਡਮ ਦੇਣ ਆਏ ਹਾਂਗੇ SSP ਸਾਹਿਬ ਨੂੰ। ਦੇਖੋ, ਸਾਡੇ ਕੱਲ੍ਹ ਪਰਸੋਂ 'ਤੇ ਦਿਨੇਸ਼ ਜੀ ਨੇਗੇ ਡਾਕਟਰ ਸਾਹਿਬ, ਜਿਨ੍ਹਾਂ ਦੇ ਉੱਤੇ ਜਾਨਲੇਵਾ ਹਮਲਾ ਹੋਇਆ, ਉਹਨਾਂ 'ਤੇ ਗੋਲੀ ਮਾਰੀ ਗਈ ਫਰੌਤੀ ਪਿੱਛੇ। ਤਕਰੀਬਨ 3 ਮਹੀਨੇ ਪਹਿਲਾਂ ਸਾਡੇ ਤਲਵੰਡੀ ਸਾਬੋ ਹਲਕੇ ਵਿੱਚ ਹੀ ਇੱਕ ਬਹੁਤ ਵੱਡਾ ਸਨਸਨੀਖੇਜ਼ ਕੇਸ ਹੋਇਆ ਜੀ ਫਰੌਤੀ ਦਾ ਹੀ, ਜਿਹਦੇ ਵਿੱਚ ਬਹੁਤ ਵੱਡੇ ਵੱਡੇ ਉੱਚ ਪੱਧਰ 'ਤੇ ਬੈਠੇ ਲੀਡਰ ਸਾਹਿਬਾਨ ਕਾਂਗਰਸ ਪਾਰਟੀ ਦੇ ਅਤੇ ਅਕਾਲੀ ਦਲ ਦੇ ਉਹਦੇ ਵਿੱਚ ਇਨਵੋਲਵ ਸੀਗੇ। SSP ਸਾਹਿਬ ਨੇ ਉੱਥੇ ਆ ਕੇ ਬੜੀ ਫੁਰਤੀ ਨਾਲ ਕੇਸ ਤਾਂ ਦਰਜ ਕਰਤਾ ਸੀਗਾ ਉਦੋਂ ਜੀ, ਪਰ 3 ਮਹੀਨੇ ਹੋ ਗਏ ਹਲੇ ਤੱਕ ਉਹ ਦੋ ਬੰਦਿਆਂ ਨੂੰ ਉਸ ਕੇਸ ਵਿੱਚ ਫੜਿਆ ਨਹੀਂ ਗਿਆ। ਸੋ ਇਸ ਕਰਕੇ ਅਸੀਂ ਮੈਮੋਰੈਂਡਮ ਇਹ ਦੇਣ ਆਏ ਹਾਂ ਕਿ ਜਦੋਂ ਪੁਲਿਸ ਡਿਪਾਰਟਮੈਂਟ ਆਪਦਾ ਕੰਮ ਸੰਜੀਦਗੀ ਨਾਲ ਨਹੀਂ ਕਰਦੀਗੀ, ਉਦੋਂ ਛੋਟੇ ਛੋਟੇ ਹੋਰ ਜਿਹੜੇ ਇੱਥੇ ਗੁੰਡਾ ਅਨਸਰ ਨੇਗੇ, ਜਿਹੜੇ ਕ੍ਰਿਮੀਨਲ ਐਲੀਮੈਂਟਸ ਨੇਗੇ, ਉਹਨਾਂ ਨੂੰ ਹੱਲਾਸ਼ੇਰੀ ਮਿਲਦੀ ਹੈ ਵੀ ਉਹਨਾਂ ਨੂੰ ਕਿਹੜਾ ਕੁਛ ਹੋ ਗਿਆ। ਅਤੇ ਤੁਸੀਂ, ਤੁਹਾਨੂੰ ਮੈਂ ਇੱਕ ਗੱਲ ਦੱਸ ਦਾਂਗਾ, ਹੈਰਾਨ ਹੋਵੋਗੇ ਤੁਸੀਂ ਸਾਰੇ ਪ੍ਰੈਸ ਵਾਲੇ ਵੀਰ ਸਾਡੇ, ਕਿ ਇਹ ਜਿਹੜਾ ਹਾਦਸਾ ਹੋਇਆ ਗਾ ਉਸ ਗਲੀ ਵਿੱਚ ਹੋਇਆ ਗਾ ਜਿਹਦੇ ਸਾਹਮਣੇ ਜਿਹੜੇ ਪੁਰਾਣਾ ਕੇਸ ਹੋਇਆ ਸੀ 3 ਮਹੀਨੇ ਪਹਿਲਾਂ, ਉਹਦੇ ਬਿਲਕੁਲ ਸਾਹਮਣੇ ਰਹਿੰਦੇ ਨੇ। ਅਤੇ ਇਸ ਗਲੀ ਵਿੱਚ ਹੀ ਬਲਜਿੰਦਰ ਕੌਰ ਜੋ ਹੁਣ ਮੰਤਰੀ ਬਣ ਗਏ ਨੇਗੇ, ਉਹਨਾਂ ਦਾ ਘਰ ਵੀ ਇਸ ਗਲੀ ਵਿੱਚ ਹੀ ਹੈਗਾ ਜੀ। ਸੋ ਜੇ ਉਹ ਗਲੀ ਆਪ ਹੀ ਸੁਰੱਖਿਅਤ ਨਹੀਂ ਹੈਗੇ ਜਿੱਥੇ ਸਭ ਤੋਂ ਤਕੜਾ ਬੰਦਾ ਹਲਕੇ ਦਾ ਰਹਿੰਦਾ ਗਾ, ਤਾਂ ਮੈਨੂੰ ਲੱਗਦਾ ਫਿਰ ਆਮ ਆਦਮੀ ਤਾਂ ਬਿਲਕੁਲ ਹੀ ਆਪਦੇ ਆਪ ਨੂੰ ਡਰਿਆ ਡਰਿਆ ਸਮਝ ਰਿਹਾ ਜੀ। ਦੇਖੋ, ਅੱਜ ਜੋ ਵਾਰਦਾਤਾਂ ਜ਼ਿਲ੍ਹੇ ਦੇ ਵਿੱਚ ਹੋ ਰਹੀਆਂ, ਉਸ 'ਤੇ ਭਾਰਤੀ ਜਨਤਾ ਪਾਰਟੀ ਨੇ ਬਠਿੰਡਾ ਦਿਹਾਤੀ ਅਤੇ ਬਠਿੰਡਾ ਅਰਬਨ ਦੇ ਸਾਰੇ ਸੀਨੀਅਰ ਟੀਮ ਨੇ ਜੋ ਹਾਲਾਤ ਤਲਵੰਡੀ ਸਾਬੋ ਦੇ ਵਿੱਚ ਬਣੇ ਹੈ, 3 ਮਹੀਨੇ ਪਹਿਲਾਂ ਵਾਰਦਾਤ ਹੁੰਦੀ ਹੈ, ਫਰੌਤੀ ਮੰਗੀ ਜਾਂਦੀ ਹੈ, ਉਹ ਕੰਪਲੇਂਟ ਕਰਦੇ ਹੈ ਔਰ 3 ਮਹੀਨਿਆਂ ਦੇ ਵਿੱਚ ਕੋਈ ਕਾਰਵਾਈ ਨਹੀਂ ਹੁੰਦੀ। ਔਰ ਕੱਲ੍ਹ ਉਸੇ ਘਰ ਦੇ ਜਮਾਂ ਸਾਹਮਣੇ ਡਾਕਟਰ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ, ਤਾਂ ਮੇਰਾ ਖਿਆਲ ਹੈ ਕਿ ਲੋਕਾਂ ਦਾ ਜਿਹੜੇ ਇਹ ਕ੍ਰਿਮੀਨਲ ਲੋਕ ਹੈ, ਗੈਂਗਸਟਰ ਨੇ, ਇਹਨਾਂ ਨੂੰ ਇਹ ਸਮਝ ਆ ਚੁੱਕਾ ਕਿ ਪੁਲਿਸ ਪ੍ਰਸ਼ਾਸਨ ਨਾਮ ਦੀ ਕੋਈ ਚੀਜ਼ ਨਹੀਂ, ਜੋ ਮਰਜ਼ੀ ਅਸੀਂ ਕਰੀਏ, ਅਤੇ ਉਹ ਜੋ ਮਰਜ਼ੀ ਆਪਦੀ ਕਰ ਰਹੇ ਆ। ਔਰ ਲੋਕਾਂ ਦੇ ਵਿੱਚ ਬਹੁਤ ਵੱਡਾ ਭੈ ਹੈ, ਉਹ ਭੈ ਜਿਹੜਾ ਲੋਕਾਂ ਦਾ ਭੈ ਹੈ ਅਸੀਂ ਪ੍ਰਸ਼ਾਸਨ ਦੇ ਕੋਲ ਉਠਾਇਆ ਹੈ ਔਰ ਪ੍ਰਸ਼ਾਸਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਪਦੀ ਜ਼ਿੰਮੇਵਾਰੀ ਸਮਝੋ ਔਰ ਜਿਹੜੇ ਇਹ ਹਾਲਾਤ ਹੈ ਉਹਨਾਂ ਨੂੰ ਸੰਭਾਲੋ, ਲੋਕਾਂ ਦੀ ਰੱਖਿਆ। ਅੱਜ ਕੁਛ ਬੰਦਿਆਂ ਨੂੰ ਪੁਲਿਸ ਨੇ ਅਰੈਸਟ ਵੀ ਕੀਤਾ ਹੈ। ਚਲੋ, ਇਹ ਬਹੁਤ 3 ਮਹੀਨੇ ਪਹਿਲਾਂ ਕੀਤੇ ਜਾਂਦੇ ਤਾਂ ਇਹ ਡਾਕਟਰ ਦੀ ਗੋਲੀ ਤੋਂ ਬਚਿਆ ਜਾ ਸਕਦਾ ਸੀਗਾ। ਅੱਜ ਦੇਰ ਆਏ ਦਰੁਸਤ ਆਏ ਪੜੇ ਗਏ ਤਾਂ ਚੰਗੀ ਗੱਲ ਹੈ। ਅਸੀਂ ਇਹ ਕਹਿੰਦੇ ਕਿ ਸਾਰੇ ਨੂੰ ਫੜਨ ਔਰ ਗਾਂਹ ਨੂੰ ਇਹ ਵਾਰਦਾਤ ਹੀ ਨਾ ਹੋਵੇ।